बिस्मिल्लाहिर्रहमानिर्रहीम, इयाका नअबदु व इयाका नस्तईन। अस्सलामु अलैकुम। तुसी वेखदे पे हो पाक पतन पंजाब टीवी। मैं तुहाडा मेज़बान मुहम्मद हसन रजा। अज दी वीडियो दे विच दोस्तां नूं स्क्रीन ते मज जिहड़ी नज़र आउंदी पई है गब्बर मज है। दिहाड़े दो लै जावे, चार लै जावे, पंज लवे, उम्मीद कीती जा सकदी है कि पंज सत्त दिहाड़े मज लै जासी। ਮਾਈ ਨੂੰ ਆਰਡਰ ਮਾਸ਼ਾਅੱਲਾ ਬੜਾ ਖੂਬਸੂਰਤ। ਮਾਈ ਨੂੰ ਥਣ ਚੈੱਕ ਕਰਨਾ ਰੁਕ ਰੁਕ ਦਾ ਅਤੇ ਦੋਹਰਾ ਥਣ ਲੱਗਿਆ ਮਾਸ਼ਾਅੱਲਾ। ਤਸਲੀਆਂ ਦੇ ਨਾਲ ਕੈਮਰਾਮੈਨ ਸਾਹਿਬ ਤੁਹਾਨੂੰ ਵਿਖਾਉਂਦੇ ਪਏ ਨੇ। ਮਾਈ ਨੂੰ ਪੁੱਟਾ 4 ਫੁੱਟ ਚੈੜਾ, ਮਾਈ ਨੂੰ ਖੁੱਡਾ ਮਾਸ਼ਾਅੱਲਾ ਬੜਾ ਖੂਬਸੂਰਤ। ਪੂਛ ਮਾਈ ਦੀ ਛਮਕਾਂ ਵਰਗੀ, 2 ਨੰਬਰ ਦਾਗ ਲੱਗਿਆ ਪੁਰਾਣਾ, 1 ਰੰਗ ਸ਼ਾਹ ਕਾਲੀ ਮੁਸ਼ਕਣ ਮੱਝ। ਪੂਛ ਦੇ 4 ਇੰਚ ਸਿਰਫ ਸਿੱਟਾ ਸਫੈਦ ਹੈ, ਬਾਕੀ ਇੱਕੋ ਰੰਗ ਸ਼ਾਹ ਕਾਲੀ ਮੁਸ਼ਕਣ ਮੱਝ ਹੈ। ਮਾਈ ਨੂੰ ਕੱਦ ਚੰਗੇ, ਲੰਬਾਈਆਂ ਚੰਗੀਆਂ, ਮਾਈ ਨੂੰ ਖੂਬਸੂਰਤੀਆਂ ਹੁਸਨ ਪੂਰਾ, ਦਿੱਲੀ ਕੌੜੀ ਬਿਲਕੁਲ ਕੋਈ ਨਹੀਂ। ਬਾਕੀ ਤੁਹਾਡੀ ਅੱਖਾਂ ਦੇ ਸਾਹਮਣੇ ਮਾਈ ਨੂੰ ਡਾਕਾਂ ਕਿਤਨੀਆਂ ਚੜੀਆਂ ਔਰ ਪਿਆਰੀਆਂ ਮਾਸ਼ਾਅੱਲਾ। ਪੱਟ ਮਾਈ ਨੂੰ ਚੰਗਾ, ਲੱਤਾਂ ਚੈੱਕ ਕਰਨੀਆਂ ਨੇ ਤੀਰ ਸਿੱਧੀਆਂ ਔਰ ਮੋਟੀਆਂ। ਕੈਮਰਾਮੈਨ ਸਾਹਿਬ ਚਿਹਰਾ ਵਿਖਾਉਣਾ ਮਾਈ ਦਾ, ਮਾਈ ਦੀ ਜਿਹੜੀ ਬੁੱਤੀ ਮਾਸ਼ਾਅੱਲਾ ਬੜੀ ਪਿਆਰੀ। ਬਾਕੀ ਹੁਣ ਵੀ ਕਮੀਆਂ ਕੋਈ ਨਹੀਂ ਹੈ ਮਾਸ਼ਾਅੱਲਾ। ਹੈਵਾਨਾ ਬੜਾ ਬਰੀਕ ਲਈ ਹੈ, ਲੇਕਿਨ ਅਜੇ ਦਿਹਾੜੇ ਲੈਂਦੀ ਹੈ 5, 6 ਜਾਂ 7 ਲੈ ਲਿਆ ਸੀ ਅੱਲਾ ਦੇ ਹੁਕਮ ਦੇ ਨਾਲ। ਇਨਸ਼ਾਅੱਲਾ ਥੱਲੂ ਚੰਗੀ ਵੱਡੀ ਮੱਝ ਬਣ ਜਾਣੀ ਹੈ, ਪੰਡਾ ਲਾ ਦੇਣੀ ਹੈ ਸੋ ਅੱਲਾ ਦੇ ਹੁਕਮ ਦੇ ਨਾਲ। ਜਿਹੜੇ ਥੋੜ੍ਹੇ ਕਿਣੇ ਵੱਟ ਹੈ ਨੇ ਇਨਸ਼ਾਅੱਲਾ ਇਹ ਕੱਢਦੇ ਸੀ, ਕਿਉਂਕਿ ਅਜੇ ਤੱਕ ਜਿਹੜਾ ਹੈਵਾਨਾ ਹੈ ਉਹ ਬੜਾ ਪੋਲਾ ਪੀ ਹੈ ਮਾਸ਼ਾਅੱਲਾ ਅਤੇ ਬੜਾ ਖੁੱਲ੍ਹਾ। ਅੱਲਾ ਦੇ ਹੁਕਮ ਦੇ ਨਾਲ 5-7 ਦਿਹਾੜੇ ਲੈ ਜਾ ਸੀ, ਅਜੇ ਤੱਕ ਪੁੱਟੇ ਨਹੀਂ ਬੰਨੇ ਸੋ, ਥਣਾਂ ਦੇ ਵਿੱਚ ਬੋਲਾ ਨਹੀਂ ਪਾਇਆ ਸੋ। 5-7 ਦਿਹਾੜਿਆਂ ਤੋਂ ਬਾਅਦ ਇਨਸ਼ਾਅੱਲਾ ਚੰਗੀ ਵੱਡੀ ਮਾਝ ਥੱਲੂ ਬਣਨੀ ਹੈ ਅੱਲਾ ਦੇ ਹੁਕਮ ਦੇ ਨਾਲ। ਇੱਥੇ ਤੁਹਾਨੂੰ ਕੱਦ ਦਾ ਵੀ ਅੰਦਾਜ਼ਾ ਹੋ ਜਾਣਾ ਵੀ ਕੱਦ ਚੰਗੇ ਮਾਝ ਨੂੰ, ਲੰਬਾਈਆਂ ਚੰਗੀਆਂ, ਹੁਸਨ ਪੂਰੇ, ਮਾਝ ਕੋਲੋਂ ਨਸਲਾਂ ਜ਼ਾਤਾਂ ਚੰਗੀਆਂ, ਉਮਰ ਚੰਗੀ। ਮਾਝ ਦੀ ਜਿਹੜੀ ਗਿਰਦਾਂ ਨੇ ਉਹ ਚੈੱਕ ਕਰਨੀ ਹੈ ਮਾਸ਼ਾਅੱਲਾ, ਕਿਤਨੀ ਪਿਆਰੀ ਔਰ ਖੂਬਸੂਰਤ ਬਰੀਕ ਪੂੰਝ ਵਰਗੀ ਗਿਰਦਾਂ ਨੇ। ਬਾਕੀ ਮੱਝ ਪੂਰੀ ਨਸਲੀ ਅੱਲਾ ਦੇ ਹੁਕਮ ਦੇ ਨਾਲ। ਕੈਮਰਾਮੈਨ ਸਾਹਿਬ ਤੁਹਾਨੂੰ ਕੋਸ਼ਿਸ਼ ਕਰਕੇ ਵਿਖਾਉਂਦੇ ਪਏ ਨੇ, ਔਰ ਇਨਸ਼ਾਅੱਲਾ ਸਾਡਾ ਇਹ ਕੰਮ ਹੈ ਕਿ ਤੁਹਾਨੂੰ ਜਾਨਵਰ ਅੱਛੇ ਤਰੀਕੇ ਦੇ ਨਾਲ ਵਿਖਾਉਣੇ, ਔਰ ਇਨਸ਼ਾਅੱਲਾ ਅਸੀਂ ਕੋਸ਼ਿਸ਼ ਕਰਨੇ ਹੈ ਜਾਨਵਰ ਮਿਆਰੀ ਔਰ ਕੁਆਲਿਟੀ ਵਾਲੇ ਲੈ ਕੇ ਆ ਜਾ ਰਹੇ ਹਾਂ ਬਾਈਆਂ ਵਾਸਤੇ। ਮੱਝ ਨੂੰ ਕਵਾਂ ਬਿਲਕੁਲ ਨਹੀਂ, ਕੰਡ ਚੈੱਕ ਕਰਨੀ ਹੈ ਤੀਰ ਸਿੱਧੀ ਗਾਰਡਰ ਵਰਗੀ, ਔਰ ਕਿਤਨੀ ਚੈੜੀ ਕੰਡ ਹੈ ਮਾਸ਼ਾਅੱਲਾ। ਇੱਥੇ ਕੈਮਰਾਮੈਨ ਸਾਹਿਬ ਸਾਈਡ ਤੋਂ ਹੈਵਾਨਾ ਵਿਖਾਉਣਾ ਹੈ, ਅੱਗੇ ਪਿੱਛੇ ਦੁਨੀ ਤੋਂ ਸੂ ਤੱਕ ਮਾਝ ਨੂੰ ਹੈਵਾਨਾ। ਬਾਕੀ ਇਨਸ਼ਾਅੱਲਾ 4-5 ਦਿਨ ਅਗਰ ਮਾਝ ਕੱਢ ਗਈ ਤਾਂ ਚੰਗੀ ਥੱਲੋਂ ਵੱਡੀ ਬਾਣੀ ਪੈਰੋਂ ਛੱਡ ਦੇਈ ਜਾਣਗੇ। ਮਾਸ਼ਾਅੱਲਾ ਚਿਹਰਾ ਚੈੱਕ ਕਰਨਾ ਮਾਝ ਨੂੰ, ਇੰਤਹਾਈ ਖੂਬਸੂਰਤ। ਮਾਝ ਨੂੰ ਜਿਹੜੀ ਸਿੰਗੀ ਹੈ, ਅੱਖਾਂ, ਬੁੱਧੀ, ਗਰਦਨ, ਕੰਨ, ਹਰ ਚੀਜ਼ ਦੀ ਕਰਨੀ ਹੈ ਤਸੱਲੀ ਦੋਸਤਾਂ ਨੇ। ਮਾਝ ਨੂੰ ਬਿਲਾਲ ਔਰ ਥਣ ਮਾਸ਼ਾਅੱਲਾ ਬੜਾ ਖੂਬਸੂਰਤ ਲੱਗਿਆ। ਹਵਾਨਾ ਮਾਝ ਨੂੰ ਬੜਾ ਖੁੱਲ੍ਹਾ ਔਰ ਪੋਲਾ ਅਜੇ ਤੱਕ ਪੀਆ। ਇਨਸ਼ਾਅੱਲਾ ਜਦੋਂ ਇਹਨੇ ਭਰਨਾ ਹੈ ਤਾਂ ਮਜ਼ੀਦ ਖੂਬਸੂਰਤ ਬਣ ਜਾਣੀ ਹੈ। ਬਾਕੀ ਕੱਦ ਲੰਬਾਈ ਦੀ ਗਰੰਟੀ ਹੈ, ਕੱਦ ਚੰਗੇ ਨੇ, ਲੰਬਾਈਆਂ ਚੰਗੀਆਂ ਨੇ, ਹੁਸਨ ਪੂਰੇ। ਬਾਕੀ ਜਨਾਬ ਆਪਾਂ ਸਾਰੀਆਂ ਗੱਲਾਂ ਕਰਨੇ ਆ ਮਾਲਕਾਂ ਦੇ ਨਾਲ ਅਤੇ ਕੀ ਆਉਂਦੀ ਗੱਲ ਹੈ ਸਾਰੀ ਡਿਟੇਲ ਦੋਸਤਾਂ ਨੂੰ ਲੈ ਕੇ ਬਸ ਜਾਣ ਦੇ ਆ ਜਾ ਇੱਥੇ ਤੋਂ।
ਅਸਲਾਮੁ ਅਲੈਕੁਮ। ਵਾਅਲੈਕੁਮ। ਕੀ ਹਾਲ ਚਾਲ ਹੈ? ਸ਼ੁਕਰ ਹੈ। ਸਿਹਤਾਂ ਤਬੀਅਤਾਂ ਠੀਕ ਹੈ ਨਾ? ਕਰਾਂ ਮੈਂ ਰੱਬ ਦਾ। ਮੱਝ ਜਿਹੜੀ ਆਪਾਂ ਵਿਖਾਈਏ, ਹਾਂਜੀ, ਕਿੰਨਵਾਂ ਵਾਰਾ ਤਿਆਰ ਹੈ ਇਸ ਟਾਈਮ ਤੇ? ਕਿਤਨੇ ਦਿਹਾੜੇ ਲੈ ਜਾ? ਇਹ 5-6 ਦਿਨ ਲੈ ਜਾ ਸੀ ਜੀ, ਤੇ ਦੂਸਰਾ ਵਾਰਾ ਹੈ ਮੱਝ ਨੂੰ। ਸਹੀ ਹੈ। ਤੇ ਮੱਝ 20-22 ਕਿਲੋ ਦੁੱਧ ਦੇਵੇਗੀ। ਪਹਿਲਾਂ ਦਾ ਰਿਕਾਰਡ ਦਾ ਕੋਈ ਹੈ ਪਤਾ? ਪਹਿਲਾਂ ਦਾ ਰਿਕਾਰਡ 18-19 ਕਿਲੋ ਦਿੰਦੀ ਰਹੀ ਹੈ, ਤੇ ਇਸ ਟਾਈਮ ਤੁਹਾਨੂੰ ਪਤਾ ਦੂਜੇ ਤੇ ਫਿਰ ਜ਼ਿਆਦਾ ਹੀ ਦੁੱਧ ਦਿੰਦੀ ਆ। ਇਸ ਵਾਰੀ ਤਕਰੀਬਨ ਮਾਲਕਾਂ ਦਾ ਕਹਿਣਾ ਹੈ ਕਿ ਮੱਝ 20 ਤੋਂ ਕ੍ਰਾਸ ਕਰ ਸੀ, ਕਿਉਂਕਿ ਮੱਝ ਨੂੰ ਜਿਹੜਾ ਅਜੇ ਤੱਕ ਦਿਹਾੜੇ 5-7 ਲੈਂਦੀ ਹੈ, ਤੇ ਮੱਝ ਜਿਹੜਾ ਚੱਡਾ ਹੈ, ਹੈਵਾਨਾ ਹੈ, ਲਿਬਾਸ ਹੈ, ਅਜੇ ਤੱਕ ਖੁੱਲ੍ਹਾ ਅਤੇ ਪੋਲਾ ਪੀ ਹੈ। ਇਨਸ਼ਾਅੱਲਾ 5-6 ਦਿਹਾੜੇ ਪੱਕੇ ਲੈ ਜਾ ਸੀ, ਦਿਹਾੜੀ ਘੱਟ ਵੱਧ ਵੀ ਹੋ ਸਕਦੀ ਹੈ। ਪੱਲਾ ਭਰੇਗੀ ਚੰਗਾ, ਤੋਰ ਨਹੀਂ ਸਕੇਗੀ। ਬਾਕੀ ਇਹ ਤੁਸੀਂ ਦੱਸਣਾ ਵੀ ਥਣਾ ਥੁਣਾ ਦੀ ਗਰੰਟੀ, ਸਾਰ ਸ਼ਾਹ ਦੀ ਗਰੰਟੀ, ਛੱਟਾ ਫੁਆਰਾ ਥਣ ਬਾਦ ਗਾੜੀਆ ਕਿਸੇ ਕਿਸਮ ਦਾ? ਕੋਈ ਬੰਦਾ ਆਖਦਾ ਵੀ ਮੱਝ ਸੂ ਪੈਂਦੀ ਹੈ, ਬਿਆਨਾ ਕਰਵਾ ਦਿੰਦੇ ਫਿਰ ਲੈ ਜਾ ਸਕਦੇ? ਇਹ ਸਾਡੇ ਘਰ ਦੀ ਨਸਲੀ ਮੱਝ, ਘਰ ਦੀ, ਇਸ ਤਰ੍ਹਾਂ ਹੋ ਜਾ ਸੀ ਕੋਈ ਵੀ, ਕੋਈ ਬੰਦਾ ਬਿਆਨਾ ਕਰਵਾ ਦਿੰਦੇ ਵਾਲਾ 2-4 ਦਿਨ ਖੜੀ ਹੈ, ਕੋਈ ਮਸਲਾ, ਸੂ ਪਈ ਤਾਂ ਪਾਸ ਕਰਕੇ ਲੈ ਜਾ ਸਕਦੇ? ਕੋਈ ਮਸਲਾ, ਇਸ ਤਰ੍ਹਾਂ ਹੋ ਜਾ ਸੀ। ਅਗਰ ਕੋਈ ਬੰਦਾ ਇਵੇਂ ਲਿਜਾਣਾ ਚਾਹੇ ਤਾਂ ਆਪਣੀ ਮਰਜ਼ੀ ਦੇ ਨਾਲ ਲਿਜਾ ਸਕਦੇ, ਆਪਾਂ ਥਣ ਪਾਸ ਕਰਾ ਦੇਣਾ, ਥਣ ਟਿਪ ਕੇ ਪਾਸ ਕਰਾ ਕੇ ਦੇ ਦੇਣੇ ਨੇ, ਅੱਗੇ ਤੁਹਾਡਾ ਨਸੀਬ ਹੋਣਾ। ਤੇ ਅਗਰ ਕੋਈ ਬੰਦਾ ਆਖਿਆ ਵੀ ਖਲੀਏ 2-4 ਦਿਨ, ਤੇ ਫਿਰ ਅਸੀਂ ਰੋਕ ਵੀ ਲਿਸਾਂ। ਤੇ ਹੁਣ ਕੀ ਆਉਂਦਾ ਰੇਟ ਹੈ ਮੱਝ ਦਾ? ਇਹਦਾ ਰੇਟ ਪਿਆਰ ਵਾਲਾ 6,80,000, ਵੈਸੇ ਤਾਂ 7 ਲੱਖ ਮੰਗਣਾ, ਪਰ 20,000 ਰੁਪਇਆ ਡਿਸਕਾਊਂਟ ਕਰ ਦਿੱਤਾ। 6,80 ਦੇ ਵਿੱਚ ਵੀ ਕੋਈ ਪਿਆਰ ਹੈ? ਪਿਆਰ ਮੁਹੱਬਤ ਬਸ ਕਰਾਂਗੇ। ਖਰਚੇ ਕਿਰਾਏ ਬੜੇ ਅਨਾਜ, ਮੁੱਲ ਭਾਈ ਗਣਾ ਤਾਂ ਨਹੀਂ ਕਰਦਾ ਪਿਆ? ਨਹੀਂ ਨਹੀਂ, ਮੁੱਲ ਬੜਾ ਮਕੂਲ ਹੈ। ਮੱਝ ਜਿਹੜਾ ਲੈ ਜਾ ਸੀ ਬੰਦਾ ਯਾਦ ਰੱਖ ਸੀ, ਮੱਝ ਚੰਗੀ ਹੈ ਵਾਕਿਆ ਹੀ। ਇਹਦੇ ਵਿੱਚ ਹੁਣ ਕੋਈ ਅਸੀਂ ਦੇ ਵਿੱਚ ਥੋੜਾ ਜਿਹਾ ਪਿਆਰ ਪਿਆਰ ਮੁਹੱਬਤ ਕਰ ਸਾ ਹੈ ਹੁਣੇ ਕਰਦੇ ਮੈਂ ਆਨਾ ਤੂੰ ਹੁਣੇ ਬਸ ਹੁਣ ਇਹ ਫਾਈਨਲ ਹੈ। ਜਾਂ ਕੋਈ ਬੰਦਾ ਮੌਕੇ ਤੇ ਆ ਜਾਂਦਾ ਤਾਂ ਫਿਰ 10,000 ਘੱਟ 6-70 ਦੀ ਦੇ, ਬਾਕੀ 6-70 ਰਹਿ ਗਈ। ਹਾਂਜੀ, 6,70,000 ਜਨਾਬ ਮੱਝ ਦੀ ਡਿਮਾਂਡ ਹੈ। ਨੰਬਰ ਸਕਰੀਨ ਤੇ ਚੱਲ ਰਿਹਾ ਹੈ 0308-910-2811। ਇਹਦੇ ਤੇ ਕਾਲ, ਵਟਸਐਪ, ਈਮੋ ਸਾਰੀਆਂ ਸਹੂਲਤਾਂ ਮੌਜੂਦ ਹਨ। ਵੀਡੀਓ ਅੱਛੀ ਲੱਗਿਆ ਵੀਡੀਓ ਨੂੰ ਕਰਨਾ ਲਾਈਕ ਸ਼ੇਅਰ, ਸੱਜਣਾ ਬੇਲੀਆਂ ਦੇ ਨਾਲ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਆ ਕਰੋ। ਨਵੀਂ ਅੱਛੀ ਔਰ ਬਿਹਤਰੀਨ ਵੀਡੀਓ ਦੇ ਨਾਲ ਹਾਜ਼ਰ ਹੋਵਾਂਗਾ। ਅੱਲਾ ਨਿਗਹਿਬਾਨ। ਪਾਕਿਸਤਾਨ ਜ਼ਿੰਦਾਬਾਦ।